ਉਧਰ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿੱਥੇ ਵਿਦੇਸ਼ਾਂ ਵਿੱਚ ਰੋਸ ਮੁਜ਼ਾਰੇ ਹੋ ਰਹੇ ਨੇ ਉੱਥੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਨੇ ਵਿਸ਼ਵ ਪੰਜਾਬੀ ਕਾਨਫਰੰਸ ਰਜਿਸਟਰ ਟੋਰਾਂਟੋ ਦੀ ਪ੍ਰਬੰਧਕੀ ਟੀਮ ਵੱਲੋਂ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਰੈਕਸਟੈਲ ਗੁਰੂ ਘਰ ਵਿੱਚ 4 ਦਸੰਬਰ ਯਾਨੀ ਅੱਜ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਭੋਗ 6 ਦਸੰਬਰ ਨੂੰ ਪਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਤੇ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਬੈਠ ਕੇ ਕਿਸਾਨ ਵੀਰਾਂ ਲਈ ਅਰਦਾਸ ਬੇਨਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰੇ ਸਮੁੱਚੀ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਕੋਟ ਕੋਟ ਵਧਾਈਆਂ ਹੋਣ ਅਤੇ ਸਾਰੇ ਵਰਲਡ ਦੇ ਵਿੱਚ ਮੈਂ ਅਰਦਾਸ ਕਰਦਾ ਬਈ ਸੁੱਖ ਸ਼ਾਂਤੀ ਆਵੇ ਅਤੇ ਜੋ ਆ ਬਿਮਾਰੀ ਚੱਲ ਰਹੀ ਹੈ ਇਹ ਤੋਂ ਵੀ ਛੁਟਕਾਰਾ ਮਿਲੇ ਅਤੇ ਨਾਲੇ ਜੋ ਸਾਡੇ ਕਿਸਾਨ ਵੀਰ ਜਿਹੜਾ ਸੰਘਰਸ਼ ਚੱਲ ਰਿਹਾ ਆਪਣੇ ਦਿੱਲੀ ਦੇ ਵਿੱਚ ਅਤੇ ਉਹਨਾਂ ਦੇ ਸੁੱਖ ਸ਼ਾਂਤੀ ਵਾਸਤੇ ਅਤੇ ਆਪਣੀ ਉਹ ਜਿੱਤ ਹਾਸਲ ਕਰਕੇ ਆਪਣੇ ਆਪਣੇ ਘਰਾਂ 'ਚ ਆ ਜਾਣ ਅਤੇ ਉਸ ਵਾਸਤੇ ਅਸੀਂ ਸਾਡੀ ਪੰਜਾਬੀ ਵਰਲਡ ਕਾਨਫਰੰਸ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ਅਸੀਂ ਅਖੰਡ ਪਾਠ ਸਾਹਿਬ 6 ਸਪਿਰਚੁਅਲ ਸੈਂਟਰ 4 ਤਰੀਕ ਦਸੰਬਰ ਨੂੰ ਆਰੰਭ ਕਰਾਂਗੇ 10 ਵਜੇ ਅਤੇ ਐਤਵਾਰ ਨੂੰ 6 ਦਸੰਬਰ ਨੂੰ ਉਹਨਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਮੈਂ ਸਾਰੀ ਜਿੰਨੇ ਵੀ ਸੁਣਦੇ ਆ ਸਾਡੇ ਲਿਸਨਰ ਅਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਵੀ ਅਰਦਾਸ ਕਰੋ ਵੀ ਜਿੰਨੇ ਸਾਡੇ ਕਿਸਾਨ ਵੀਰ ਜਿੱਥੋਂ ਵੀ ਆਏ ਹੋ ਆ ਜਿਹੜੇ ਮਰਜ਼ੀ ਸੂਬੇ ਤੋਂ ਆਏ ਹੋ ਆ ਵੀ ਉਹ ਜਿੱਤ ਹਾਸਲ ਕਰਕੇ ਆਪਣੇ ਆਪਣੇ ਪਰਿਵਾਰਾਂ ਵਿੱਚ ਖੁਸ਼ੀ ਨਾਲ ਜਾ ਕੇ ਫਿਰ ਆਪਣੇ ਗੁਰਪੁਰਬ ਮਨਾਉਣ ਜਿਹੜਾ ਵਿਚਾਰੇ ਵਾਂਝੇ ਰਹਿ ਗਏ ਆ। ਅਤੇ ਤੁਹਾਨੂੰ ਵੀ ਆ ਜੀ ਦੇਖਿਆ ਵੀ ਹੋਊਗਾ ਤੁਸੀਂ ਸਾਡੇ ਵੀ ਮਾਂ ਬਾਪ ਹੈਗੇ ਆ ਜੀ ਉੱਥੇ ਰੋਣਾ ਆਉਂਦਾ ਜੀ ਅੱਖਾਂ ਭਰਦੀਆਂ ਵੀ ਦੇਖ ਦੇਖ ਕੇ ਵੀ ਬੰਦ ਇੱਦਾਂ ਮੇਰੇ ਕੋਲ ਲਫਜ਼ ਨਹੀਂ ਹੈਗੇ ਜੀ ਟਰਾਲੀਆਂ ਥੱਲੇ ਸੌਂਦੇ ਆ ਅਤੇ ਇਸ ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਸ ਨੂੰ ਕਾਮਯਾਬ ਕਰਕੇ ਆਪਣੇ ਘਰ ਆਉਣ ਅਤੇ ਮੈਂ ਸਾਰੀ ਮੈਨੇਜਮੈਂਟ ਦਾ ਵਿੱਚ ਪੰਜਾਬੀ ਕਾਨਫਰੰਸ ਦੇ ਟੋਰਾਂਟੋ ਦਾ ਜਿਹੜੇ ਬਹੁਤ ਧੰਨਵਾਦੀ ਆ ਅਤੇ ਆਪਣੇ ਜਿੰਨੇ ਵੀ ਸਾਡੇ ਲਿਸਨਰ ਵਾ ਜਿੰਨੇ ਸਾਡੇ ਹਰ ਪਰਿਵਾਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਮੈਂ। ਅਤੇ ਪਲੀਜ਼ 4 ਤਰੀਕ ਨੂੰ 10:30 ਵਜੇ ਆਰੰਭ ਹੋਣਗੇ ਅਖੰਡ ਪਾਠ ਸਾਹਿਬ ਅਤੇ 6 ਤਰੀਕ ਨਾਈਨਥ ਕੈਰੀਅਰ ਡਰਾਈਵ 6 ਸੈਂਟਰ ਵਿੱਚ ਭੋਗ ਪੈਣ ਕੇ ਹੁੰਮ ਹੁੰਮ ਆ ਕੇ ਅਰਦਾਸ ਕਰੋ ਬੇਨਤੀ ਕਰੋ ਵੀ ਸੁੱਖ ਸ਼ਾਂਤੀ ਨਾਲ ਨਿਬੜ ਕੇ ਆਪਣੇ ਆਪਣੇ ਘਰ ਆਉਣ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।